ਇੰਜੀਨੀਅਰ ਨਵੀਨ ਸਿੰਘ ਰੰਧਾਵਾ ਖੇਤੀਬਾੜੀ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਅੱਜ ਅਸੀਂ ਇੱਥੇ ਜੰਡਿਆਲਾ ਗੁਰੂ ਦੇ ਵਿੱਚ ਇੱਕ DSR ਡਰਿੱਲ ਜਿਹੜੀ ਕਿ ਸੰਤ ਮਕੈਨੀਕਲ ਇੰਜੀਨੀਅਰਿੰਗ ਵੱਲੋਂ ਬਣਾਈ ਗਈ ਆ ਉਹਦਾ ਇੱਕ ਡਮੀ ਟ੍ਰਾਇਲ ਕੀਤਾ ਸੋ ਇਹਨਾਂ ਨੇ ਇਹ ਜਿਹੜੀ ਡਰਿੱਲ ਆ ਜਿਸ ਤਰ੍ਹਾਂ DSR ਡਾਇਰੈਕਟ ਸਵਿੰਗ ਰਾਈਸ ਵਾਲੀ ਜੋ ਡਰਿੱਲ ਤਿਆਰ ਕੀਤੀ ਆ ਜਿਵੇਂ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਜਿਹੜੀ ਲੇਬਰ ਆ ਉਹ ਨਹੀਂ ਆ ਰਹੀ ਸਮੱਸਿਆ ਆਉਣੀ ਆ ਸੋ ਉਹਦੇ ਲਈ ਹੱਲ ਕਰਨ ਲਈ ਅਸੀਂ ਜਿੰਨਾ ਕੁ ਇਹਨਾਂ ਕੋਲ ਸਮਾਨ ਅਵੇਲੇਬਲ ਸੀਗਾ ਕੁਝ ਕਰਫਿਊ ਲੋਕਡਾਊਨ ਹੋਣ ਕਰਕੇ ਅਤੇ ਸਮਾਨ ਜਿਹੜਾ ਪਿੱਛੋਂ ਆ ਜਿਹੜਾ ਇਹਦੇ ਅਸੈਂਸ਼ਲ ਪਾਰਟ ਜਿਹੜੇ ਸੀਗੇ ਜ਼ਰੂਰੀ ਹਿੱਸੇ ਪੁਰਜੇ ਜਿਹੜੇ ਸੀਗੇ ਉਹ ਨਹੀਂ ਮਿਲੇ ਤਾਂ ਜਿੰਨੇ ਕੁ ਹੈਗੇ ਨਾਲ ਡਿੱਲ ਤਿਆਰ ਕੀਤੀ ਆ DSR ਦੇ ਨਾਲ ਇਹ ਆਪਣੀ ਜਿਹੜੀ ਸਾਰੀ ਟੈਂਕ ਲਾਇਆ ਵਾ ਇਹਦੇ ਵਿੱਚ 150 ਲੀਟਰ ਕਪੈਸਿਟੀ ਆ ਇਹਦਾ ਸਪਰੇ ਨੋਜ਼ਲ ਲਾਈਆਂ ਨੇ ਬੜਾ ਸਿਸਟਮੈਟਿਕਲੀ ਵਧੀਆ ਉਹ ਚੀਜ਼ ਨੂੰ ਬਣਾ ਲਿਆ ਸੋ ਇਹਨਾਂ ਦੀ ਜ਼ਬਾਨੀ ਗੱਲ ਕਰਾਂਗੇ ਸਰਦਾਰ ਆਪਣੇ ਸਰੂਪ ਸਿੰਘ ਨੇ ਪਰਵਿੰਦਰ ਸਿੰਘ ਹੁਣੇ ਖੜ੍ਹੇ ਦੋਵੇਂ ਆਉਂਦਰ ਨੇ ਅਤੇ ਇਹ ਦੱਸੋ ਜੀ ਫਿਰ ਤੁਹਾਡਾ ਇਹ ਤੁਸੀਂ ਬਣਾ ਲਈ ਆ DSR ਹਾਂਜੀ ਹਾਂਜੀ ਸਰ ਇਹਦੇ ਵਿੱਚ ਤੁਹਾਨੂੰ ਕੀ ਲੱਗਾ ਮੈਨੂੰ ਤਾਂ ਲੱਗ ਰਿਹਾ ਜਿੱਦਾਂ ਆਪਾਂ ਚਲਾ ਕੇ ਦੇਖੀ ਆ ਹਾਂਜੀ ਕਿ ਇਹਦਾ ਅੱਛਾ ਮਤਲਬ ਇਹਦਾ ਬਹੁਤ ਵਧੀਆ ਰਿਜ਼ਲਟ ਆਵੇਗਾ ਇਹ ਹਰ ਜ਼ਿਮੀਂਦਾਰ ਨੂੰ ਘੱਟ ਤੋਂ ਘੱਟ 5000 ਰੁਪਇਆ ਪਹਿਲਾਂ ਹੀ ਪ੍ਰੋਫਿਟ ਦੇ ਕੇ ਚੱਲੇਗੀ ਕਿਉਂਕਿ ਸਾਡੀ ਲੇਬਰ ਬਚ ਗਈ ਝੋਨੇ ਦੀ ਲਵਾਈ ਬਚ ਗਈ ਔਰ ਪਾਣੀ ਦੀ ਜਿਹੜੀ ਖਪਤ ਆ ਉਹ ਸਾਡੀ ਬਚ ਗਈ ਔਰ ਸਿੱਧੀ ਬਿਜਾਈ ਦੇ ਨਾਲ ਯੂਨੀਵਰਸਿਟੀ ਵੀ ਸਿਫਾਰਸ਼ ਕਰ ਰਹੀ ਆ ਅਤੇ ਉਹਨਾਂ ਦੀ ਸਿਫਾਰਸ਼ 'ਤੇ ਹੀ ਇਹ ਮਸ਼ੀਨ ਨਾਲ ਸਪਰੇਅ ਵੀ ਕਰ ਰਹੀ ਹੈ ਝੋਨਿਆਂ ਨੂੰ ਅਤੇ ਨਾਲ ਹੀ ਇਹ ਨਦੀਨ ਨਹੀਂ ਉੱਗਣਗੇ ਸਪਰੇਅ ਦੇ ਨਾਲ ਅਤੇ ਨਾਲ ਹੀ ਸਿੱਧੀ ਬਿਜਾਈ ਕਰ ਰਹੀ ਆ ਲੇਬਰ ਦੀ ਲੇਬਰ ਮੁਕਤ ਹੋ ਗਿਆ ਜ਼ਿਮੀਂਦਾਰ ਇਹ ਬਿਲਕੁਲ ਗੱਲ ਠੀਕ ਹੈ ਕਿ ਸਾਨੂੰ ਜਦੋਂ ਅਸੀਂ ਸਿੱਧੀ ਝੋਨੇ ਦੀ ਬਿਜਾਈ ਕਰਨੀ ਆ ਹਾਂਜੀ ਉਹਦੇ ਲਈ ਪ੍ਰੀ ਐਮਰਜੈਂਸ ਦਵਾਈ ਦਾ ਸਪਰੇਅ ਕਰਨਾ ਬੜਾ ਜ਼ਰੂਰੀ ਆ ਨਾਲ ਜਾਂ ਉਸੇ ਟਾਈਮ ਹੀ ਜਾਂ ਅਸੀਂ ਜਿਸ ਵਿਧੀ ਨਾਲ ਕਰਨਾ ਸੋ ਇਹ ਤੁਸੀਂ ਜਿਹੜੀ ਡਰਿੱਲ DSR ਬਣਾ ਲਈ ਆ ਹਾਂਜੀ ਸਰ ਇਹਦੇ ਵਿੱਚ ਬੜਾ ਵਧੀਆ ਸਪਰੇਅ ਵੀ ਨਾਲ ਜਿਹੜਾ ਹੋ ਜਾਂਦਾ ਵਾ ਔਰ ਤੁਸੀਂ ਇਹ ਵਧੀਆ ਕੰਮ ਕਰ ਰਹੇ ਹੋ ਅਤੇ ਇਹਦੇ ਵਿੱਚ ਤੁਹਾਨੂੰ ਮੈਨੂੰ ਇਹ ਹੁਣ ਦੱਸੋ ਕਿ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਬਹੁਤ ਵੱਡੇ ਰਕਬੇ ਦੇ ਵਿੱਚ ਇਸ ਵਾਰੀ ਜਿਹੜੀ ਸਿੱਧੀ ਬਿਜਾਈ ਹੋਣੀ ਆ ਹਾਂਜੀ ਸਰ ਤੁਹਾਡੇ ਕੋਲ ਸਮਾਨ ਕਿੰਨਾ ਕੁ ਮੁਹੱਈਆ ਵਾ ਅਤੇ ਤੁਹਾਨੂੰ ਹੋਰ ਕੀ ਮੁਸ਼ਕਲਾਂ ਆ ਰਹੀਆਂ ਅਤੇ ਹੁਣ ਕਿਸ ਤਰ੍ਹਾਂ ਤੁਹਾਨੂੰ ਸਮਾਨ ਸਾਨੂੰ ਸਰ ਬਹੁਤ ਹੀ ਮੁਸ਼ਕਲਾਂ ਆ ਰਹੀਆਂ ਜਿਹੜਾ ਸਮਾਨ ਇਹਦਾ ਝੋਨਾ ਕਰਨ ਵਾਸਤੇ ਅਵੇਲੇਬਲ ਜੋ ਬੰਦਾ ਲੁਧਿਆਣੇ ਦੀ ਇੰਡਸਟਰੀ ਬੰਦ ਹੋਣ ਕਾਰਨ ਉਹ ਸਾਨੂੰ ਕਿਤਿਓਂ ਉਪਲਬਧ ਨਹੀਂ ਹੋ ਰਿਹਾ ਸਾਡੇ ਕੋਲ 4-5 ਮਸ਼ੀਨਾਂ ਦਾ ਪਾਰਟ ਤਿਆਰ ਸੀ ਉਹ ਅਸੀਂ ਤਿਆਰ ਕਰ ਰਹੇ ਹਾਂ ਔਰ ਉਸ ਤੋਂ ਅੱਗੇ ਗਾੜੀ ਕੋਈ ਮਸ਼ੀਨਾਂ ਸਾਡੇ ਕੋਲ ਦੇਣ ਦੀ ਕੋਈ ਵਿਧੀ ਨਹੀਂ ਹੈਗੀ ਜ਼ਿਮੀਂਦਾਰ ਸਾਨੂੰ ਵਾਰ ਵਾਰ ਫੋਨ ਕਰਦਾ ਅਤੇ ਸਾਡੇ ਕੋਲ ਜਿਹੜਾ ਰਾ ਮਟੀਰੀਅਲ ਉਹ ਨਹੀਂ ਮਿਲ ਰਿਹਾ ਨਾ ਤਾਂ ਲੋਹਾ ਹੀ ਮਿਲ ਰਿਹਾ ਅਤੇ ਨਾ ਸਾਨੂੰ ਅਗਲੇ ਪਾਸੇ ਜਿਹੜੇ ਉਹ ਪਾਰਟ ਇਹਦੇ ਝੋਨਾ ਘੇਰਦੇ ਆ ਉਹ ਲੁਧਿਆਣੇ ਦੀ ਇੰਡਸਟਰੀ ਆ ਕੁਝ ਇੱਕ ਦੋ ਪਾਰਟੀਆਂ ਬੀਰਸਨ ਵਾਲੇ ਬਣਾਉਂਦੇ ਆ ਨਾ ਇੱਕ ਦੋ ਪਾਰਟੀਆਂ ਹੋਰ ਵੀ ਬਣਾਉਂਦੀਆਂ ਇਹਨਾਂ ਕੋਲ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਇੱਥੇ ਮਲੇਰਕੋਟਲਾ ਸਾਈਡ ਅਹਿਮਦਗੜ੍ਹ ਸਾਈਡ 'ਤੇ ਆ ਕਾਫੀ ਜਿਹੜੀਆਂ ਜਿਹੜੇ ਇੱਦਾਂ ਦੇ ਜਿਹੜੇ ਜ਼ਰੂਰੀ ਹਿੱਸੇ ਪੁਰਜੇ ਪਾਰਟ ਨੇ ਉਹ ਜੁੰਟ ਬੰਦ ਹੈ ਸਰ ਦੇ ਉਹ ਜੁੰਟ ਬੰਦ ਹੋਣ ਕਰਕੇ ਇਹਨਾਂ ਦਾ ਕਹਿਣ ਦਾ ਮਤਲਬ ਕਿ ਡਿਮਾਂਡ ਕਾਫੀ ਜ਼ਿਆਦਾ ਇਸ ਤਰ੍ਹਾਂ ਖੇਤੀਬਾੜੀ ਮਹਿਕਮੇ ਕੋਲ ਵੀ ਬੜੀ ਡਿਮਾਂਡਸ ਆ ਰਹੀ ਆ ਕਾਫੀ ਕਿਸਾਨਾਂ ਦੇ ਫੋਨ ਆਉਂਦੇ ਆ ਐਪਲੀਕੇਸ਼ਨਸ ਵੀ ਪ੍ਰਾਪਤ ਹੋ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ ਹੀ ਹਾਂਜੀ ਸੋ ਇੱਥੇ ਇਹੀ ਆ ਕਿ ਜਿੰਨਾ ਇਹਨਾਂ ਕੋਲ ਸਮਾਨ ਆ ਉਹਦੇ ਲਈ ਇਹ DSR ਜਿਹੜੀ ਵਿਧੀ ਆ ਜੋ ਅਸੀਂ ਮਸ਼ੀਨ ਆ ਬੜੀ ਵਧੀਆ ਤਿਆਰ ਕਰਕੇ ਬਣਾ ਲਈ ਆ ਸਮਾਨ ਮਹੱਈਆ ਹੋ ਜਾਂਦਾ ਅਤੇ ਅਸੀਂ ਇਹੋ ਜਿਹੀਆਂ DSR ਜਿਹੜੀਆਂ ਮਸ਼ੀਨਾਂ ਨੇ ਕਿਸਾਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਝੋਨਾ ਕੇਰਨ ਲਈ ਨਾ ਸਪਰੇਅ ਕਰਨ ਵਾਲੀਆਂ ਪੂਰੀ ਮੋਡੀਫਾਈਡ ਵਧੀਆ ਜਿਹੜੀਆਂ ਮਸ਼ੀਨਾਂ ਵਾ ਉਹ ਅਸੀਂ ਉਪਲਬਧ ਕਰਾ ਸਕਦੇ ਹਾਂ ਮਹਿਕਮੇ ਨੂੰ ਬੇਨਤੀ ਕਰਾਂਗੇ ਕਿ ਇਹ ਮਸ਼ੀਨ ਥੋੜ੍ਹੀ ਜਿਹੀ ਜਿਹੜੀ ਇਹਨੂੰ ਕਾਫੀ ਇਕਿਊਪਮੈਂਟ ਲੱਗੇ ਆ ਮਿਹਨਤ ਬਹੁਤ ਆਉਂਦੀ ਆ ਅਤੇ ਇਹਨੂੰ ਸਬਸਿਡੀ ਪਾ ਕੇ ਜ਼ਿਮੀਂਦਾਰਾਂ ਨੂੰ ਜਿਹੜਾ ਵਾ ਉਹਨਾਂ ਨੂੰ ਸਸਤੀ ਤੋਂ ਸਸਤੀ ਜਿਹੜੀ ਮੁਹੱਈਆ ਕਰਾਈ ਜਾਵੇ ਸਾਡੇ ਐਗਰੀਕਲਚਰ ਵਿਭਾਗ ਨੂੰ ਬੇਨਤੀ ਆ ਕਿ ਪਹਿਲਾਂ ਵੀ ਸਾਡੀ ਜਿਹੜੀ ਜ਼ੀਰੋ ਡਰਿੱਲ ਆ ਉਹ ਮਾਨਤਾ ਪ੍ਰਾਪਤ ਪਾਸ ਆ ਅਤੇ ਇਹਨੂੰ ਉਹਦੇ ਵਿੱਚ ਪਾ ਕੇ ਹੁਣ ਇਹਦੇ ਵਿੱਚ ਸਪਰਾ ਜੇ ਚਲਾਏ ਦੇਖੋ ਤੁਸੀਂ ਦੇਖ ਸਕਦੇ ਜੀ ਜਦ ਚਲਾਤੇ ਆ ਜਿਹੜੇ ਸਪਰੇਅ ਕਰ ਰਹੇ ਆ ਅਤੇ ਕਿਰਪਾ ਕਰਕੇ ਜਿਹੜਾ ਐਗਰੀਕਲਚਰ ਮਹਿਕਮਾ ਜਿਹੜਾ ਇਹਨੂੰ ਸਬਸਿਡੀ ਪ੍ਰੋਵਾਈਡ ਕਰਵਾ ਕੇ ਜ਼ਿਮੀਂਦਾਰ ਨੂੰ ਜਿਹੜਾ ਵਾ ਸਿਖਾਉਣਾ ਕੰਮ ਕਰਾ ਵਿੱਚ ਜਿਹੜੀਆਂ ਕੁਛ ਫਰਮਾਂ ਅਪੈਨਲਡ ਟੈਸਟਿੰਗ ਹੋ ਕੇ ਆਉਂਦੀਆਂ ਨੇ ਉਹਨਾਂ ਨੂੰ ਸਬਸਿਡੀ ਜਿਹੜੀ ਆ ਵਿਭਾਗ ਵੱਲੋਂ ਜਾਂ ਸੈਂਟਰ ਗਵਰਨਮੈਂਟ ਸਮਾਨ ਸਕੀਮ ਦੇ ਅੰਦਰ ਮਿਲ ਰਹੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਫਰਮਾਂ ਜਿਨ੍ਹਾਂ ਨੇ ਵਧੀਆ ਕੰਮ ਕੀਤੇ ਆ ਉਹਨਾਂ ਦੀ ਵੀ ਅਸੀਂ ਜਿਹੜੀ ਰਿਪੋਰਟ ਆ ਉਹ ਉੱਪਰ ਆਪਣੇ ਐਗਰੀਕਲਚਰ ਵਿਭਾਗ ਨੂੰ ਜਿਹੜਾ ਸਾਡਾ ਇੰਜੀਨੀਅਰਿੰਗ ਸੈਕਸ਼ਨ ਹੈ ਉੱਥੇ ਡਾਇਰੈਕਟਰ ਐਗਰੀਕਲਚਰ ਪੰਜਾਬ ਜੀ ਨੂੰ ਵੀ ਇਹ ਬਣਾ ਕੇ ਰਿਪੋਰਟਾਂ ਭੇਜਾਂਗੇ ਠੀਕ ਹੈ ਸੋ ਕੁਛ ਇਸ ਤਰ੍ਹਾਂ ਦੀਆਂ ਫਰਮਾਂ ਨੇ ਜਿਹੜਾ ਬਹੁਤ ਹੀ ਵਧੀਆ ਜ਼ੀਰੋ ਟਿਲ ਡਰਿੱਲ ਅਤੇ ਹੈਪੀ ਸੀਡਰ 'ਤੇ ਬਹੁਤ ਹੀ ਵਧੀਆ ਕੰਮ ਜਿਹੜੇ ਕਰ ਰਹੇ ਆ ਹਾਂਜੀ ਸਰ
ਤੇ ਹੋ ਸਕਦਾ ਉਹਨਾਂ ਦੀ ਜ਼ੀਰੋ ਟਿਲ ਡਰਿਲ ਜਿਹੜੀ ਆ ਉਹ ਤੇ ਪੈਨਲਡ ਹੋਵੇ ਹਾਂਜੀ ਸਰ ਹੈਪੀ ਸੀਡਰ ਟੈਸਟਿੰਗ ਪੈਨਲਡ ਹੋਵੇ ਤੇ ਦੂਜੀ ਡੀਐਸਆਰ ਜਿਹੜੀ ਹੁਣ ਨਵੀਂ ਮਸ਼ੀਨ ਆ ਹਾਂਜੀ ਸਰ ਇਹ ਪੈਨਲਡ ਨਾ ਹੋਣ ਸੋ ਇਹ ਤੁਹਾਡਾ ਕੰਮ ਕਾਫੀ ਮਤਲਬ ਤੁਸੀਂ 5-6 ਜਾਂ ਹੋਰ ਤੁਸੀਂ ਵਧੀਆ ਕੰਮ ਕਰ ਰਹੇ ਹੋ ਹਾਂਜੀ ਸਰ ਮੇਰਾ ਖਿਆਲ ਹੈ ਕਿਸਾਨ ਵੀਰ ਸਬਸਿਡੀ ਤੋਂ ਬਗੈਰ ਵੀ ਖਰੀਦ ਲੈਂਦੇ ਆ ਹਾਂਜੀ ਸਰ ਹਾਂਜੀ ਹਾਂਜੀ ਬਿਲਕੁਲ ਸਬਸਿਡੀ ਜੇ ਆਉਂਦੀ ਆ ਤੇ ਉਹਦਾ ਫਾਇਦਾ ਵਾ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਫਰਮਾਂ ਜਿਹੜੀਆਂ ਚੰਗਾ ਕੰਮ ਕਰ ਰਹੀਆਂ ਨੇ ਵਧੀਆ ਇੰਪਲੀਮੈਂਟ ਬਣਾ ਰਹੀਆਂ ਉਹਨਾਂ ਦੀ ਰਿਪੋਰਟ ਆਪਾਂ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ